ਸਬ ਇੰਸਪੈਕਟਰ ਰਹਿ ਰਹੇ ਆ 2 ਸਾਲ ਹੋ ਗਏ ਆ ਤੇ ਅੱਜ ਮੈਂ 10 ਵਜੇ ਮੈਂ ਕਰੀਬ 10 ਵਜੇ ਕਿਸ ਦਫ਼ਤਰ ਗਿਆ ਹਾਂ ਐਸ ਐਸ ਪੀ ਦਫ਼ਤਰ ਅਤੇ ਜਿੱਥੋਂ ਮੈਂ ਤੇ 1 ਵਜੇ ਵਾਪਸ ਮੁੜਿਆ ਅਤੇ ਅੰਦਰੋਂ ਧੂੰਆਂ ਨਿਕਲਿਆ ਸੀ ਅਤੇ ਬੂਹਾ ਖੋਲ੍ਹ ਕੇ ਅੱਗੇ ਦੋਨੇ ਬੂਹੇ ਖੋਲ੍ਹ ਕੇ ਵੇਖੇ ਅਤੇ ਅੰਦਰ ਮੇਰੀ ਵਾਈਫ ਦੀ ਅਤੇ ਲਾਗੇ ਸਿਲੰਡਰ ਨੂੰ ਅੱਗ ਲੱਗੀ ਰਹੀ ਸੀ ਸਿਲੰਡਰ ਬੰਦ ਕੀਤਾ ਅਤੇ ਮੇਰੀ ਵਾਈਫ ਸੱਟ ਚ ਵੀ ਜਿਸਦੀ ਮੌਕੇ 'ਤੇ ਮੌਤ ਹੋ ਗਈ ਜਿਹਨੇ ਚੁੱਕਿਆ ਹਸਪਤਾਲ ਸਿਵਲ ਦਾਖਲ ਕਰਾਇਆ ਤੁਹਾਡਾ ਕੀ ਨਾਂ ਹੈ ਅਤੇ ਉਹਨਾਂ ਦਾ ਕੀ ਨਾਂ ਹੈ ਉਹਨਾਂ ਦਾ ਨਾਂ ਸੁਖਵੰਤ ਵਾਈਫ ਦਾ ਨਾਂ ਸੁਖਵੰਤ ਕੌਰ ਮੇਰਾ ਨਾਂ ਭੁਪਿੰਦਰ ਸਿੰਘ ਅਤੇ ਉਹ ਕਿਤੇ ਜੋਬ ਵਗੈਰਾ ਕਰਦੇ ਉਹ ਰਿਟਾਇਰ ਹੋਏ ਸੀ 4 ਮਹੀਨੇ ਕਿੱਥੇ ਜੋਬ ਕਰਦੇ ਜੀ ਸਿਹਤ ਮਹਿਕਮੇ 'ਚ ਸੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਆਇਆ ਕਾਰਵਾਈ ਜਿਹੜੀ ਕਰ ਰਹੇ ਉਹ ਵੀ ਕਰਨਗੇ ਅਤੇ ਮੌਕੇ 'ਤੇ ਪਹੁੰਚੇ ਸੀ ਭੁਪਿੰਦਰ ਸਿੰਘ ਸਬ ਇੰਸਪੈਕਟਰ ਰਿਟਾਇਰ ਹੋਏ ਨੇ ਜੀ ਪੁਲਿਸ ਮਹਿਕਮੇ ਵਿੱਚੋਂ ਅਤੇ ਫੋਰੈਂਸਿਕ ਟੀਮ ਮੰਗਾਈ ਹੈ ਸੀਨੀਅਰ ਅਫਸਰ ਵੀ ਆ ਗਏ ਮੌਕੇ 'ਤੇ ਹੁਣ ਤਫਤੀਸ਼ ਕਰਦੇ ਹਾਂ ਇਸ ਤੋਂ ਪਤਾ ਲੱਗੂਗਾ ਵੀ ਕਿਸ ਕਾਰਨ ਕਰਕੇ ਅੱਗ ਲੱਗੀ ਹੈ ਜਾਂ ਇਹ ਬਲਾਸਟ ਪਹਿਲੀ ਸਥਿਤੀ ਦੇਖਣ ਮੁਤਾਬਕ ਕੀ ਲੱਗਦਾ ਜੀ ਪਹਿਲੀ ਸਥਿਤੀ ਮੁਤਾਬਕ ਤਾਂ ਇਹੀ ਲੱਗਦਾ ਵੀ ਸਿਲੰਡਰ ਘਰੇ ਰੱਖਿਆ ਸੀ ਰੂਮ ਦੇ ਸਟੋਰ ਦੇ ਵਿੱਚ ਉੱਥੇ ਅੱਗ ਲੱਗਣ ਕਰਕੇ ਇਹ ਧਮਾਕਾ ਹੋਇਆ ਛੱਤ ਵੀ ਉੜੀ ਹੈ ਮੌਤ ਹੋ ਗਈ ਉਹਨਾਂ ਦੀ ਹਾਂਜੀ ਉਹਨਾਂ ਦੀ ਡੈਥ ਹੋ ਗਈ ਪੁਸ਼ਟੀ ਕੀਤੀ ਉਹਨਾਂ ਦੇ ਹਸਬੰਡ ਨੇ ਤੇ ਨੁਕਸਾਨ ਹੋਰ ਕਿੰਨਾ ਕੁ ਲੱਗਦਾ ਜੀ ਬਾਕੀ ਆ ਕੰਧਾਂ ਵਗੈਰਾ ਦਾ ਨੁਕਸਾਨ ਹੋਇਆ ਤੇ ਇਹ ਸਿਲੰਡਰ ਤਾਂ ਨਹੀਂ ਫਟਿਆ ਗਿਆ ਜੀ ਸਿਰਫ ਗੈਸ ਸਿਲੰਡਰ ਠੀਕ ਆ ਗੈਸ ਦਾ ਰਸਾਵ ਹੋਣ ਕਰਕੇ ਹੋਇਆ ਜੀ ਠੀਕ ਹੈ